ਸਾਸਤਰੀ ਗੱਲਬੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਮਦੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਹੋਊਗੀ 26 ਤਰੀਕ ਹਰ 26 ਤਰੀਕੀਆਂ ਬੜੀਆਂ ਖਬਰਾਂ ਥਾਰੇ ਖਾਤਰ ਔਰ ਕੱਲ ਨਰਿੰਦਰ ਮੋਦੀ ਨੇ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 2-2000 ਰੁਪਏ ਦੀ ਕਿਸ਼ਤ ਪਾਤੀ ਔਰ ਇਸਕੇ ਗੈਲਗਲ ਕੱਲ ਯੋ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਇਸਨੇ ਕੱਲ ਮੋਦੀ ਕੇ ਖਿਲਾਫ ਨਾਰੇਬਾਜ਼ੀ ਕਰੀ ਆਰ ਇਸਕੇ ਗੈਲ ਗੈਲ ਵੀਰ ਖੇਤੀਬਾੜੀ ਮੰਤਰੀ ਨੇ ਇੱਕ ਵਾਰ ਫੇਰ ਵਾਈ ਚਿੱਠੀ ਨੂੰ ਯੋ ਰੰਗ ਰੰਗ ਜਾ ਲਾ ਕੇ ਫੇਰ ਤੋਰਤੇ ਆ ਪਿੱਛਾ ਨੂੰ ਆਰ ਕਿਸਾਨ ਅੰਦੋਲਨ ਕੇ ਜਿਹੜੇ ਵਿਚਮਾ ਜੱਥੇ ਬਹੁਤ ਪਹੁੰਚ ਰਹੇ ਹਰਿਆਣੇ ਕੇ ਵਿਚਮਾ ਯੋ ਕਿਸਾਨਾਂ ਨੇ ਕੱਲ ਟੋਲ ਪਲਾਜੇ ਫ੍ਰੀ ਕਰਤੇ ਆਰ ਸਰਕਾਰ ਨੇ ਯੋ ਜਿਹੜੀ ਚਿੱਠੀ ਭੇਜੀ ਦੀ ਸਪਾ ਵੀ ਫੈਸਲਾ ਲਿਆ ਆਰ ਇਸਕੇ ਗੈਲ ਗੈਲ ਵੀਰ ਪੰਜਾਬ ਕੇ ਦੋ ਜ਼ਿਲ੍ਹਿਆਂ ਮਾ 28 29 ਤਰੀਕ ਨੂੰ ਕਹੇ ਕਰੋਨਾ ਵੈਕਸੀਨ ਕੀ ਡਰਾਈ ਰਨ ਪਰਖ karenge ਔਰ ਕੱਲ ਉਥਾ ਬਠਿੰਡੇਵਾਂ ਬੀਜੇਪੀ ਕੇ ਸਮਾਗਮਾਂ ਡਾਂਗਾ ਚੱਲ ਗੀਆਂ ਔਰ ਬੀਜੇਪੀ ਵਾਲੇ ਦੌੜ ਗਏ ਕਿਸਾਨ ਜਿੱਥੇ ਬੰਦਿਆਂ ਨੇ ਕੁਰਸੀਆਂ ਪਾਂਤੀਆਂ ਆਰ ਮੋਦੀ ਸਰਕਾਰ ਕੀ ਤਰਫੇ ਯੋ ਖੇਤੀ ਕਾਨੂੰਨਾ ਫਾਇਦੇਮੰਦ ਕਰਾਣ ਦੇਣ ਦੇ ਬਾਅਦ ਕਿਸਾਨਾਂ ਨੇ ਬੜਾ ਐਲਾਨ ਕਰ ਤਿਆ ਔਰ ਹੋਰ ਬੜੀਆਂ ਛੋਟੀਆਂ ਖਬਰਾਂ ਥਾਰੇ ਗੱਲ ਸਾਂਝਿਆ ਕਰਾਂਗੇ ਪਹਿਲਾ ਬੜੀ ਖਬਰ ਦੇ ਪਰ ਚਲਾ ਭਾਈ ਕੱਲ ਹੋਇਆ ਕਿਆ ਕੱਲ ਵੀਰ મોદી ਯੋ ਕੱਲ ਬਲੋ ਸੈਂਟਰਲ ਹਾਊਸ ਆਫ ਪਾਰਲੀਮੈਂਟ ਦੇ ਵਿੱਚ ਉੱਥਾ ਨਾ ਤੋਂ ਕਾਰੇ ਲੀਡਰ ਕਾਂਗਰਸ ਵਾਲੇ ਬੀਜੇਪੀ ਵਾਲੇ ਆਰਾਮ ਆਦਿ ਪਾਰਟੀ ਦਾ ਸੰਜੇ ਸਿੰਘ ਔਰ ਇਸਕੇ ਗਾਇਲ ਗਾਇਲਾ ਯੋ ਭਗਵਾਨਤ ਮਾਨ ਯੋ ਸਾਰੇ ਔਰ ਕੱਲ ਯੋ ਕਹਲੋ ਵੀ ਬੀਜੇਪੀ ਵਾਲੇ ਕਰਦੇ ਬਹੁਤ ਬੜਾ ਯੋ ਤੋ ਕਾਰਕਰਮ ਮਾਰ ਆ ਇਸਨਵਾ ਨਿਧੀ ਯੋਜਨਾ ਕੇ ਵਿੱਚ ਮ ਜਿਹੜਾ ਇਹ ਮੋਦੀ 2 2000 ਰੁਪਏ ਕਿਸ਼ਤਾਂ ਦੇ ਰਿਹਾ ਸਾਰਿਆਂ ਨੂੰ ਇਹ ਮਾਰੇ ਪਿੰਡ ਵਾਲੇ ਹਾਜ਼ਰੇ ਦੇਗਾ ਲਾਡੇ ਖਾ 2 2000 ਮਿਲ ਰਿਆ ਮੈਂ 10 3000 ਕਾ ਤੋਂ ਮੈਂ ਟ੍ਰੇਟਰ ਮਤੇਲ ਪਵਾਖਾ ਦਿੱਲੀ ਲੱਕੜਾ ਛੱਡ ਗਾਇਆ ਇਹ ਮੋਦੀ 2 2000 ਨੂੰ ਦੇਖਾ ਗੋਦੀ মিডিਆ ਵਾਲੇ ਇਸੇ ਪਰੇ ਖੁਸ਼ ਹੋਈ ਜਾ ਰੇ ਕਾ 2 2000 ਦੇ ਦਿਆਂ ਹਰ ਕੱਲ ਮੋਦੀ ਕਰਿਆ ਕਾ ਭਾਈਓ ਬਣੋ ਕਾ ਕਿਸਾਨੋਂ ਸੇ ਪੁੱਛੂਗਾ ਵੀ 2 2000 ਕਿੱਥਾ ਖਰਚਿਆ ਲੈ ਦੱਸ 2000 ਕਾ ਤਾਂ ਸੌਦਾ ਨਹੀਂ ਆਂਦਾ ਮਹੀਨੇ ਕਾ ਇਹ 2000 ਕਾ ਪੁੱਛਾਂ ਕਿ ਤਰ੍ਹਾਂ ਖਾਦੇ ਵੀ ਸਮਝ ਨਹੀਂ ਆਉਂਦੀ ਉਹ ਕਿਹੜੇ ਟਾਈਮ ਬਾਜ਼ੀਰੇ ਵੀਰ ਹੈ ਸਾਢੇ 450 ਰੁਪਏ ਕਾ ਦੋ ਇਹ ਟੈਲੀਫੋਨ ਕਾ ਰੀਚਾਰਜ ਹੋ ਬਾਈ 2000 ਦੇ ਕਾ ਪਤ ਨਹੀਂ ਕਿਆ ਕਰੇ ਵੀ ਕਿਆ ਬੰਗਾ ਮਾਰ ਲਿਆ ਚਲੋ ਖੈਰ ਕੱਲ 12 ਵਜੇ ਦੱਬਿਆ ਸੁੱਚ ਬਸ 18000 ਕਰੋੜ ਰੁਪਏ 9000 9 ਕਰੋੜ ਖਸਾਨਗੇ ਖਾਤੇ ਮੇ ਕੜਕ ਦੇ ਲੰਗ ਗਿਆ ਪਰ ਇਸ ਪ੍ਰੋਗਰਾਮ ਨੂੰ ਭਾਜਪੀ ਵਾਲਿਆਂ ਨੇ ਕਿਹਾ ਵੀ ਕੈਸ਼ ਕਰਨਾ ਕਿਤਰਾ ਕੈਸ਼ ਕਰਨਗੇ ਕੈਸ਼ ਕਰਨ ਖਾਤਰ ਇਹਨਾਂ ਨੇ ਸਾਰੇ ਰਾਤ ਜਾ ਕੇ ਵਿਚमां ਬੜੇ ਬੜੇ ਐਲਸੀਟੀਆਂ ਲਾਤੀਆਂ ਕਹਾ ਵੀ ਐਲਸੀਟੀਆਂ ਲਾ ਕ ਕਿਸਾਨਾਂ ਨੂੰ ਬਿਠਾਓ আরotha મોદી ਸਾਹਿਬ ਨੇ ਫਿਰ ਰੌਲਾ ਪਾ ਕ ਦੱਸਿਆ ਵੀਓ ਕਿਸਾਨ ਬਿਲ ਕਾ ਕਿਆ ਫਾਇਦਾ ਹੋਵੇਗਾ আর ਜੋ ਫਾਇਦੇ ਗਿਣਾਏ ਯਾਰ ਉਹ ਕੱਲ ਜੱਗੋ ਤੇਰਵੀ ਹੋਗੀ ਫਿਰ ਭਾਜਪੀ ਬਠਿੰਡੇ ਆल्या ਗੱਲ ਉੱਥਾ ਇਹਨਾਂ ਨੇ ਲਾਇਆ ਪ੍ਰੋਜੈਕਟ ਚਾ ਲਾਤਾ ਉੱਥਾ ਐਲਸੀਡੀ ਲਾਤੀ ਯਾਰ ਤੰਬੂ ਕਨਾਤ ਲਾਗਾ ਲਾਲ ਕੁਰਸੀਆਂ ਲਾਤੀਆਂ ਆਰ ਕੁਰਸੀਆਂ ਲਾਣ ਤੇ ਬਾਅਦ ਵਿਰੋਧਾ ਜਾਂਦਾ ਪਤਾ ਲਗਿਆ ਕਿਸਾਨ ਯੂਨੀਅਨ ਵਾਲਿਆਂ ਨੂੰ ਯੋ ਤਾਂ ਟਰਾਲੀਆਂ ਪਰ ਕਾਗੇ ਉੱਠਾ ਵੀਰ ਅਰਪਾਜ ਪਾੜੇ ਪ੍ਰੋਗਰਾਮ ਕੇ ਵਿਚੋਂ ਬੈਠੇ ਦੇਖ ਰਹੇ ਵੀ ਮੋਦੀ ਜੀ ਕਰੇ ਭਾਈਓ ਬੈਣੋ ਇਸ ਤਰ੍ਹਾਂ ਹੋਵੇਗਾ ਉਤਰਾ ਵਾ ਇਤਨੀ ਦੇਣ ਤੋਂ ਬੰਦੇ ਚੜਕਾ ਆਗੇ ਵੀਰ ਪੁਲਿਸੇ ਪੁਲਸ ਲਾਤੀ ਵੀਰ ਬੈਰੀਕੇਡਰ ਪੰਨ ਤੇ ਯੋ ਤੁਹਾਨੂੰ ਪਤਾ ਵੀ ਜਿੱਦਣਗੇ ਹਰਿਆਣੇ ਵਾਲੇ ਬੈਰੀਕੇਡਰ ਪੰਨੇ ਕੋ ਧਾਬ ਦੇ ਨਹੀਂ ਕਿਸਾਨ ਤੋਂ ਇਹਨਾਂ ਨੇ ਵੀਰ ਤੱਕਾ ਲਾਗਾ ਫਿਰ ਉਹ ਬੈਰੀਕੇਟਰ ਗੇਰਤੀ ਤਲੇ ਆ ਤਲਾ ਗੇਰ ਕਾ ਵੀਰ ਯੋ ਕਹਿ ਲਿਓ ਆਰ ਵੀਰ ਉੱਥਾਇਓ ਕੁਰਸੀਆਂ ਲਾਗਾ ਬੈਠੇ ਯਾਰ ਬਸ ਯੋ ਕਹਿ ਲਓ ਵੀਰ ਉਥਾ ਬੈਰੀਕੇਟਰ ਪੰਨ ਕਾ ਜ਼ਿੰਮੇਦਾਰ ਅੰਦਰ ਆ ਗਿਆ ਯਾਰ ਵੀਰ ਯੋ ਦਸਰੇ ਕਾ ਵੀ ਹਰਜੀਤ ਗਰੇਵਾਲ ਜਿਹੜਾ ਕਹਿੰਦਾ ਕਹਾ ਮੈਂ ਪਿੰਡਾਂ ਵਾਂ ਜਾਵਾਂਗਾ ਯੋ ਸੁਣ ਨਮਾਇਆ ਕਾ ਯੋ ਵੀ ਗਿਆ ਬਤਾ ਕਾਲੂ ਉੱਥਾਇਓ ਜੈਕਟ ਜੀ ਪਾ ਕਾ ਆਪਣੀ ਆਰ ਬਸ ਯੋ ਵੀ ਵੀਰੋ ਪਤਲੀ ਗਲੀ ਨਿਕਲ ਗਏ ਸਾਰੇ ਫਿਰ ਪਤਾ ਹੀ ਲਗਿਆ ਪੁਲਸ ਵਾਲੇ ਕਿਦੋਂ ਲੈ ਗੱਡ ਗਏ ਇਹਨਾਂ ਨੂੰ ਆਰ ਕੱਲ ਤੋਂ ਯੋ ਕਾ ਵੀ ਜੱਗੋ ਤੇਰਮੀ ਹੋਈ ਨਾ ਕਿ ਗੈਲ ਆਰ ਇਧਰ ਯੋ ਜੱਗੋ ਤੇਰਮੀ ਹੋਈ ਆਰ ਉਧਰ ਕਹਿ ਲਿਓ ਵੀਰ ਯੋ ਦਿੱਲੀ ਦੇ ਵਿਚमां ਆਮ ਆਦਮੀ ਪਾਰਟੀ ਦਾ ਸੰਸਦ ਮੈਂਬਰ ਸ਼ੁਕਰਵਾਰ ਨੂੰ ਭਗਵੰਤ ਮਾਨ ਇਸਨੇ ਨਰਿੰਦਰ ਮੋਦੀ ਦਾ ਯੋ ਪ੍ਰੋਗਰਾਮ ਦੇ ਵਿੱਚ ਯੋ ਖਰਾਬ ਕਰ ਕਰ ਰੱਖ ਦਿਆ ਵੀਰ ਯੋ ਉਥਾ ਸੰਜੇ ਸਿੰਘ ਆਰ ਭਗਵੰਤ ਮਾਨ ਤਖਤੀਆਂ ਫਾੜ ਕਾ ਉੱਥਾ ਖੜ ਗਿਆ আর મોદી ਦੀ ਤਾਂ ਗੱਲ ਨਾ ਆਈ ਵੀਰੋ મોદી তো ਬਸ ਕਿਹੜੀ ਘੜੀ ਉੱਥੇ ਦੇ ਪੈਰ بچਾ ਕੇ ਨਿਕਲਿਆ ਵੀਰ ਸੰਜੇ ਸਿੰਘ আর ਭਗਵਾਨ ਤਮਨ ਨੇ ਇਹਨਾਂ ਨੇ ਚੱਕ ਉੱਥਾ ਵੀ ਬਹੁਤ ਨਾਰੇबाजी કરી ਯਾਰ મોદી ਦੀ ਸਿਕਿਉਰਿਟੀ ਬਾਧੌੜੀ ਫਿਰੇ ਕਿੱਧਰ ਆਇਓ ਕਿੱਧਰ ਤੇ ਆ ਗਏ ਕਿੱਧਰ ਤੇ ਨਿਕਲ ਗਾ ਕੇ ਔਰ ਇਸ ਚਕਾਰ ਕਾ ਵੀਰ ਕੱਲ ਮੈਂ ਤੁਹਾਨੂੰ ਦੱਸ ਦਿਆਂ ਵੀ ਉੱਥਾ ਅਟਲ ਵੇਰੀ ਬਾਤ ਚ ਪਈ ਯਾਰ ਪੰਡਿਤ ਮਦਨ ਮੋਹਨ ਮਾਲਵੀਆ ਕਿ ਬੁੱਤ ਕੇ ਪ੍ਰਸ਼ਦਾ ਅંજਲੀ ਦੇ ਫੁੱਲ ਭੇਂਟ ਕਰਨ ਬਾਅਦ ਤਾਂ ਆਇਆ ਤੇ ਉੱਥਾ ਔਰ ਜਨਮ ਦਿਨ ਦੀ ਸ਼ਰਧਾਂਜਲੀ ਆ ਰ ਯੋ ਦੋਏ ਕੰਮ ਤੇ ਉੱਥਾ ਮੋਦੀ ਕੇ ਆਰ ਵੀਰ ਕੱਲ ਲਗਿਆ ਨਹੀਂ ਫਿਰ ਚੜ੍ਹੇ ਨੀ ਸਿਰੇ ਕੰਮ ਆਰ ਉੱਥਾ ਭਗਵੰਤ ਮਾਨ ਨੇ ਫਿਰ ਪ੍ਰੈਸ ਕਾਨਫਰੈਂਸ ਕਰਿਆ ਆਰ ਭਗਵੰਤ ਕਹਿ ਰਿਹਾ ਕਾ ਵੀਰ ਯੋ ਕੱਲ ਤਾਂ ਕਾਂਗਰਸ ਵਾਲੇ ਕਹਿ ਰਹੇ ਤੇ ਕੱਲ ਜਾ ਕਾਹੇ ਰਾਸ਼ਟਰਪਤੀ ਕੋਲ ਕੋਲ ਇੱਕ ਤਾਂ ਮੈਨੂੰ ਇਹਨਾਂ ਦੀ ਸਮਝ ਨਹੀਂ ਆਂਦੀ ਐ ਸੋਨੀਆ ਗਾਂਧੀ ਦਾ ਛੋਕਰਾ ਗਿਆ ਉੱਥਾ ਜਾ ਕੇ ਆ ਰਾਸ਼ਟਰਪਤੀ ਕੋਲ ਆਰ ਕਹਿ ਰਿਹਾ ਕਾ ਜੀ ਜੇ ਕਾਨੂੰਨ ਵਾਪਸ ਨਹੀਂ ਹੁੰਦੇ ਕਹਾ ਹਮ ਘਰ ਨੂੰ ਵਾਪਸ ਨਹੀਂ ਜਾਂਦੇ ਲੈ ਦੱਸ ਵੀ ਤਾ ਤੋ ਗਏ ਹੀ ਘਰੇ ਰਹੇ ਘਰਾਂ ਤੂੰ ਆਂਦਾ ਕਹਾ ਕਦੇ ਕਿਸੇ ਮੋਰਚੇ ਮੈਂ ਦੇਖਿਆ ਤਾਂ ਹੈ ਨਹੀਂ ਕਹਾ ਵੇ ਘਰਾਂ ਨੂੰ ਵਾਪਸ ਨਹੀਂ ਜਾਂਦੇ ਵੇ ਘਰਾਂ ਨੂੰ ਵਾਪਸ ਤੋਂ ਕਿਸਾਨ ਨਹੀਂ ਜਾਂਦੇ ਵੀਰ ਆਰ ਕਾਲੂ ਤਾ ਯੋ ਕਹਾ ਭਗਵੰਤ ਕਰਿਆ ਕਹਾ ਇਨਕੇ ਵੀ ਕਾ 6 7 ਖੜੇ ਦੇ ਕਾ ਕਾਂਗਰਸ ਵਾਲਾ ਕਿਸੇ ਨੇ ਨਹੀਂ ਕਾ ਮਾਰਾ ਸਾਥ ਦੇ ਨਾਲ ਹੋ ਕਾ ਵੀ ਚਲੋ ਨਾਰਿਆਂ ਗੇ ਨਾਰਾ ਹੀ ਮਾਰ ਦਿਓ ਕਾ ਕਿਸੇ ਨੇ ਕੋਈ ਨਾਰਾ ਨਹੀਂ ਲਾਇਆ ਵੀਰ ਕਾ ਯੋ ਤੋ ਬਹੁਤ ਮੰਦ ਭਾਗੀ ਬਾਤ ਹੋਈਗਾ ਕੱਲ ਕਾ ਵੀ ਇਹਨਾਂ ਨੂੰ ਕਹਿਆ ਸਾਥ ਬਣਦਾ ਦਾ ਕਾ ਦੇਣਾ ਜੇ ਸਾਥ ਦੇ ਦਿੰਦੇ ਕਾ ਗੱਲ ਬਣ ਜਣੀ ਤੇ ਖੈਰ ਚਲੋ ਖੈਰ ਕੱਲ ਯੋ ਬਹੁਤ ਇਹ ਮਾਮਲਾ ਪੂਰਾ ਪੱਕਿਆ ਔਰ ਇਸਕੇ ਗੈਲ-ਗੈਲ ਵੀਰ ਕੱਲ ਨਰਿੰਦਰ ਤੋਮਰ ਫੇਰ ਗਣਾਰਿਆ ਕਾ ਵੀ ਬੀਲ ਬਹੁਤ ਚੰਗੇ ਬਹੁਤ ਚੰਗੇ ਬਹੁਤ ਚੰਗੇ ਔਰ ਕਾ ਵੀ ਗੱਲਬਾਤ ਕਰਨੇ ਦੀ ਬਾਤ ਕਰਾਂ 40 ਕਾ ਕਿਸਾਨ ਜਿੱਥੇ ਬੰਦੇ ਦੁਆਰੋਂ ਲਿਖ ਤੇ ਆ ਹਰ ਉਧਰ ਕਿਸਾਨ ਜੱਥੇਬੰਦੀ ਵਾਲੇ ਕਹ ਰਹੇ ਕਾ ਵਾਹੀ ਚਿੱਠੀ ਨੂੰ ਫੇਰ ਰੰਗ ਰੋਗੰਜਾ ਕਰ ਕਾ ਮੋੜ ਤੇ ਆ ਪਿੱਛਾ ਅਬ ਬਾਤ ਕਰਨੇ ਦਾ ਮਾਨੇ ਹੈ ਨਹੀਂ ਕਾ ਇਨਕਾ ਹਰ ਵੀਰ ਜੋ ਬਾਤ ਨਵੇੜਨ ਕੀ ਗੱਲ ਨਹੀਂ ਕਰਦੇ ਹਰ ਫੇਰ ਕਾ ਭਾਈ 바ਗੀ ਤਗਾਈ ਜਾ ਰਹੇ ਕਾ ਮਾਰੇ ਬਿਲ ਵਧੀਆ ਮਾਰੇ ਬਿਲ ਵਧੀਆ ਮਾਰੇ ਬਿਲ ਵਧੀਆ ਕਾ ਇਤਨਾ ਥੋੜੀ ਹੋਵਾ ਵੀਰ ਜਿਤਰਾ ਯੋ ਸੋਚ ਰਹੇ ਵੀ ਵੀਰ ਮਹਾਰਾ ਚੰਗਾ ਬਣਾਇਆ ਵਾ ਕਾ ਜਦ ਸਾਰੀ ਦੁਨੀਆ ਕਾ ਹੈ ਵੀ ਇੱਕ ਪਾਸੇ ਯੋ ਤਿੰਨ ਚਾਰ ਬੰਦੇ ਇੱਕ ਪਾਸਾ ਆਰ ਕੱਲ ਤੋਂ ਉਮਰ ਕਹਿ ਰਿਹਾ ਕਾਬੀਰ ਮਨ ਤੋਂ ਕੀ ਆ ਕਾਜੋ ਕਹਾ ਪਾ ਯੋ ਲੋਕ ਬਦਨਾਮ ਕਰ ਰੇਗਾ ਸਰਕਾਰ ਨਹੀਂ ਗੱਲ ਕਰਦੇ ਕਿਸਾਨ ਨਹੀਂ ਗੱਲ ਕਰਦੇ ਕਿਸਾਨਾਂ ਕੇ ਪਾਲੇ ਮੈਂ ਗੱਲ ਕਰਤੀ ਆਰ ਕਹਿ ਰੇ ਵੀ ਕਿਸਾਨ ਨਹੀਂ ਮੰਨਦੇਗਾ ਆ ਵੀ ਗੱਲ ਕਰਨੇ ਨੂੰ ਮਹਾਰੀ ਤੋਂ ਕਾ ਮੋਦੀ ਸਰਕਾਰ ਤਿਆਰ ਖੜੀਗਾ ਆਪਾਂ ਤੋਂ ਕਹੈਂ ਵੀ ਆਜੋ ਥਾਰੇ ਗੱਲ ਬਾਤ ਕਰ ਲਿਆ ਚਲੋ ਖੈਰ ਕੱਲ ਯੋ ਬਾਤ ਸਿਰੇ ਚੜੀ ਨਹੀਂ ਆਰ ਇਸਕੇ ਗੈਲ-ਗੈਲ ਯੋ ਕਰੋ ਬਿਰਾ ਪੰਜਾਬ ਕਿਸਾਨ ਸੰਘਰਸ਼ ਕਮੇਟੀ ਯੋ ਵੀ ਬਾਤ ਕਰਾਂ ਯੋ ਵੀਰ ਕੱਲ ਯੋ ਗੁਰਦਾਸਪੁਰ ਤੇ ਟਰਾਲੀਆਂ ਭਰ-ਭਰ ਕੇ ਫੇਰ ਦਿੱਲੀ ਕੰਨੀ ਨੂੰ ਕੁਝ ਕਰ ਗਏ ਯਾਰ ਮੇਰਾ ਦਿੱਲੀ ਦਾ ਅੰਦੋਲਨ ਬਹੁਤ بڑا ਅੰਦੋਲਨ ਹੋ ਗਿਆ ਯੋ ਕਹਿ ਲੋ ਵੀਰ ਇਸ ਅੰਦੋਲਨ ਨੂੰ ਕਿਸੇ ਪਾਸੇ ਦੇ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ ਵੀਰਾ ਜਨੂਨ আর জৌস ਨौजवान ਬਜ਼ੁਰਗ আর ਬੀਬੀਆਂ ਪੈਣਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਯਾਰ મોદી ਤੋਂ ਨਿਊ ਲੱਗ ਰਿਹਾ ਉਹ ਠੰਡ ਠੁੰਡ ਪਵੇਗੀ ਇਹ ਤਾਂ ਕੰਬਲੇ-ਕੁੰਬਲੇ ਲੇਗਾ 다وڑ ਜੰਗੇ ਯਾਰ ਕਿੱਥਾ ਦੌੜਦੇ ਵੀ ਉਹ ਤਾਂ ਬਹਿ ਗਏ ਉਥਾ ਪੱਕੇ ਧਰਨੇ ਲਗਾ ਇਹ ਕੇਂਦਰ ਸਰਕਾਰ ਕੀ ਨੱਕ ਦੀ ਗੱਲ ਕੀ ਹੱਡੀ ਬਣ ਗਏ আর ਇਸਕੇ ਗੈਲ-ਗੈਲ ਕੱਲ ਯੋ ਜਿਹੜਾ ਬੋਰਿਸ ਬੋਰਿਸ ਜਾਨ ਸੰਜੜਾ ਇੰਗਲੈਂਡ ਵਾਲਾ ਯੋ ਮੁੱਖ ਮੰਤਰੀ ਯੋ ਵੀ ਕੱਲ ਹੱਥ ਖੜੇ ਕਰਕੇ ਕਹੇ ਵੀ ਆਪਾਂ ਆਂਦੇ ਨਹੀਂ ਗਣਤੰਤਰ ਦਿਵਸ ਪਾ ਅਰੀਨਾ ਨੇ ਖੈਰ ਕਿਸਾਨਾਂ ਵਾਲੀ ਤੋਂ ਘਰ ਗੱਲ ਉੱਥਾ ਕਰ ਹੀ ਨਹੀਂ ਕੋਈ ਕਾਹ ਵੀ ਉਹਦਾ ਕਾਹ ਵੀ ਦੂਸਰੇ ਦੌੜ ਦਾ ਕਰੋਨਾ ਆ ਗਿਆ ਕਾਈ ਸ਼ਕਾਰਗਾ ਢਿੱਲੇ ਹੋ ਸਕਣ ਸਾਰੇ ਬੰਦੇ ਕਾ ਤਾਂ ਆਪਾਂ ਜਾਂਦੇ ਨਹੀਂ ਵੀਰ ਕੱਲ ਹੱਥ ਖੜੇ ਕਰ ਗਏ ਯਾਰ ਉੱਥਾ 26 ਜਨ ਇਹ 26 ਜਨਪਰ ਨੂੰ ਕਹਾਂਦੇ ਨਹੀਂ ਆਪਾਂ ਬਾਕੀ ਕਾ ਜੇ ਠੀਕ ਵੀ ਹੋ ਗਏ ਮੇਰਾ ਮੋਤੀ ਸਰਕਾਰ ਵਾਲੇ ਕਹਰੇਗਾ ਕੋਈ ਬਾਤ ਜੱਠੇ ਫੇਰ ਵੀ ਬਣ ਗਿਆ ਪ੍ਰੋਗਰਾਮ ਕੋਈ ਦੱਸ ਦਿਓ ਮਾਨੂੰ ਆਪਾਂ ਸਵਾਗਤ ਕਰਨ ਖਾਤਰ ਖੜੇਗੇ ਲੈ ਦੱਸ ਵੀ ਜਿਆਦਾ ਗੱਲਾਂ ਕਰਿਆ ਆਣਾ ਹੀ ਨਹੀਂ ਫਿਰ ਥੰ ਜਿੱਦ ਕਿ ਕਿਉਂ ਕਰ ਰਹੇ ਰੀਬਨ ਕਟਾ ਕਾਟਿੰਗ ਕਟਾ ਕਾ ਤੇ ਯੋ ਬਾਤ ਬਣ ਗਈ ਚਲੋ ਵੀਰ ਈ ਵਾਪਾਂ ਪ੍ਰੋਗਰਾਮ ਕੇ ਛੋੜੀ ਬ੍ਰੇਕ ਲਿਆ ਬ੍ਰੇਕ ਤੇ ਬਾਅਦ ਥਾਰੇ ਗੱਲ ਬਾਤਾਂ ਕਰਾਂਗੇ ਇਸ ਤਰ੍ਹਾਂ ਹੀ আর ਘਾਰੇ ਗੱਲ ਗੱਲਾਂ ਚੱਲਣਗੀਆਂ আর ਵੀਰ ਲਾਡਾ ਡਿਸਕਨ ਰੇਡੀਓ ਪ੍ਰੋਗਰਾਮ ਨੂੰ ਥੰ ਯੋ ਆਜ ਨਿਊਜ਼ ਵਾਲਾ YouTube ਚੈਨਲ ਕੇ ਉੱਪਰ ਵੀ ਜਾ ਕੇ ਸੁਣ ਸਕਾਂ আর ਤੁਹਾਨੂੰ ਦੱਸ ਦਿਆਂ ਵੀ ਕੱਲ ਕੈਪਟਨ ਵਗੈਰਾ ਦਾ ਕਹਾ ਵੀ ਯਾਰ ਵੀਰ ਯੋ Jio ਕੇ ਟਾਵਰ ਨਾਲ ਪੰਨੋ ਕਾਇਨਿਆਣੇ ਪੜਾਏ ਖਰਾਬ ਹੋ ਰਹੀ ਕਾ ਸ਼ਾਂਤੀ ਪਟੰਗ ਗੱਲ ਕਾਧੰਦਰ ਨਹੀਂ ਦੇਉ ਚਲੋ ਖਰੀਬ ਦੇਖਾਂ ਨੇ ਇਹ ਜ਼ਿਮੀਦਾਰ ਕਿਆ ਖਾਂ ਕਿਸਾਨ ਅੰਦੋਲਨ ਕਿਆ ਖਾ ਇਹ 200 ਟਾਵਰ ਪਨ ਕ ਗੇਰ ਤੇ ਇਹਨਾਂ ਨੇ ਤळा ਇਹ ਕਾਹ ਵੀ ਇਹ ਟਾਵਰਨ ਕਾ ਹੋਰ ਜਿਹੜੇ ਇਹ ਰਹਿ ਗਏ ਟਾਵਰ ਕਾ ਇਹਨਾਂ ਨੂੰ ਬੰਦ ਕਰੇ ਖਰ ਜੀਓ ਕੀ ਮੋਬਾਈਲ ਸਰਵਿਸ ਪੰਜਾਬ ਕੇ ਵਾ 10000 ਕਰੋੜ ਰੁਪਏ ਕਾ ਘਾਟਾ ਪੈਗਾ ਇੱਕ ਦਿਨ ਕਾ ਹਾਈ ਟ੍ਰੈਕ ਖਬਰਾਂ ਨਿਕਲ ਕਾਰੀਆਂ ਔਰ ਇੱਕ ਛੋਟੇ ਜਿਹਾ ਬ੍ਰੇਕ ਲਿਆ ਬ੍ਰੇਕ ਕੇ ਬਾਅਦ ਆਪਾਂ ਫੇਰ ਇਸੇ ਤਰ੍ਹਾਂ ਥਾਰੇ ਗੱਲ ਜੁੜेंगे ਲਮਾ ਇੱਕ ਛੋਟਾ ਜਿਹਾ ਬ੍ਰੇਕ